ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ। ਭਗਵੰਤ ਮਾਨ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦੇ ਹੱਕ 'ਚ ਲੁਧਿਆਣਾ ਪਹੁੰਚੇ। ਇਸ ਦੌਰਾਨ ਉਹਨਾਂ ਪੰਜਾਬ ਭਰ ਦੀਆਂ ਪੰਚਾਇਤਾਂ ਨੂੰ ਇਸ ਕਿਸਾਨਾਂ ਵਿਰੁੱਧ ਬਿੱਲ ਦੇ ਖਿਲਾਫ ਮਤਾ ਪਾਸ ਕਰਕੇ ਪੰਚਾਇਤ ਮੈਂਬਰਾਂ ਵੱਲੋਂ ਇਸ ਦੀ ਕਾਪੀ ਬਲਾਕ ਪ੍ਰਧਾਨ ਦੇ SDM ਨੂੰ ਸੌਂਪਣ ਲਈ ਕਿਹਾ। ਉਹਨਾਂ ਕਿਹਾ ਕਿ ਜਦੋਂ ਪੰਜਾਬ ਭਰ ਦੀਆਂ 14,000 ਪੰਚਾਇਤਾਂ ਦੇ ਮਤੇ ਪ੍ਰਧਾਨ ਮੰਤਰੀ ਕੋਲ ਜਾਣਗੇ ਤਾਂ ਉਹਨਾਂ ਨੂੰ ਮਜਬੂਰਨ ਇਹ ਬਿੱਲ ਵਾਪਸ ਕਰਨਾ ਪਵੇਗਾ। ਇਸ ਦੌਰਾਨ ਉਹਨਾਂ ਪੰਜਾਬ ਕਾਂਗਰਸ ਅਤੇ ਅਕਾਲੀ ਦਲ 'ਤੇ ਜ਼ੁਬਾਨੀ ਹਮਲੇ ਵੀ ਕੀਤੇ। ਇਸ ਕਰਕੇ ਗ੍ਰਾਮ ਸਭਾ ਬੁਲਾਓ ਅਤੇ ਪਿੰਡ ਬਚਾਓ ਦੀ ਮੁਹਿੰਮ ਅਸੀਂ ਕਰਨ ਲੱਗਿਆ। ਕੱਲ੍ਹ ਨੂੰ ਸਾਡੇ ਘਰਾਚੋਂ ਪਿੰਡ ਹੈ ਜੀ, ਵੱਡਾ ਪਿੰਡ ਹੈ, ਉੱਥੇ 10 ਵਜੇ ਗ੍ਰਾਮ ਸਭਾ ਹੋ ਰਹੀ ਹੈ। ਉਹਨਾਂ ਨੇ 23 ਤਰੀਕ ਨੂੰ ਨੋਟਿਸ ਪਾਇਆ ਸੀਗਾ। ਸੰਗਰੂਰ ਜ਼ਿਲ੍ਹੇ ਦੇ ਘਰਾਚੋਂ ਪਿੰਡ 'ਚ ਕੱਲ੍ਹ ਨੂੰ 10 ਵਜੇ ਗ੍ਰਾਮ ਸਭਾ ਹੈ। ਮੀਡੀਆ ਉੱਥੇ ਆਊਗਾ, ਲਾਈਵ ਦਿਖਾਈ ਜਾਊਗੀ ਉਹ ਗ੍ਰਾਮ ਸਭਾ, ਅਤੇ ਲੋਕਾਂ ਨੂੰ ਪਤਾ ਲੱਗੂ। ਉਹ ਤੋਂ ਬਾਅਦ ਈਜ਼ੀ ਹੋ ਜੂਗਾ ਲੋਕਾਂ ਨੂੰ ਕਿ ਹੁੰਦਾ ਹੈ। ਹਜੇ ਥੋੜ੍ਹੇ ਸ਼ੰਕੇ ਜਾਂ ਥੋੜ੍ਹੇ ਜਿਹੇ ਸਵਾਲ ਨੇ, ਸੋ ਬਹੁਤ ਈਜ਼ੀ ਤਰੀਕੇ ਨਾਲ ਕੱਲ੍ਹ ਨੂੰ ਅਸੀਂ ਸਮਝਾ ਦਾਂਗੇ। ਘਰਾਚੋਂ ਪਿੰਡ ਤੋਂ ਕੱਲ੍ਹ ਨੂੰ ਸੰਗਰੂਰ ਜ਼ਿਲ੍ਹੇ ਦੇ 6-7 ਪਿੰਡਾਂ ਦੀ ਗ੍ਰਾਮ ਸਭਾ ਹੈਗੀ ਹੈ, ਜਿਹਨਾਂ ਨੇ 23 ਤਰੀਕ ਨੂੰ ਕਾਨੂੰਨੀ ਨੋਟਿਸ ਦਿੱਤੇ ਸੀਗੇ ਕਿ ਅਸੀਂ ਗ੍ਰਾਮ ਸਭਾ ਬੁਲਾਉਣੀ ਹੈ। ਗ੍ਰਾਮ ਸਭਾ ਦੀ ਤਾਕਤ ਦਾ ਕੱਲ੍ਹ ਨੂੰ ਤੁਹਾਨੂੰ ਪਤਾ ਲੱਗ ਜਾਊਗਾ। ਤੁਸੀਂ ਕਹਿ ਤਾਂ ਦੱਸਤਾ ਪਰ ਇਹਦੀ ਕਾਨੂੰਨੀ ਮਾਨਤਾ ਨਹੀਂ, ਇਹਨੂੰ ਤਾਂ ਵੀਡੀਓ ਵੀ ਰੱਦ ਕਰ ਸਕਦਾ। ਕਾਰਵਾਈ ਪੰਚਾਇਤ ਦੇ ਕਾਰਵਾਈ ਰਜਿਸਟਰ ਦੇ ਵਿੱਚ ਨੋਟਿਸ ਦੇਣਾ ਸਰਪੰਚ ਨੇ ਕਿ ਅਸੀਂ 19 ਤਰੀਕ ਨੂੰ ਆਪਣੇ ਪਿੰਡ ਦੀ ਗ੍ਰਾਮ ਸਭਾ ਬੁਲਾ ਰਹੇ ਹਾਂ, ਅਤੇ ਉਹ ਤੋਂ ਬਾਅਦ ਜੋ ਗ੍ਰਾਮ ਸਭਾ ਦਾ ਫੈਸਲਾ ਹੋਊਗਾ ਉਹਨੂੰ ਵੀ ਕਾਰਵਾਈ ਰਜਿਸਟਰ ਦੇ ਵਿੱਚ ਪਾਉਣਾ। ਉਹਦੀ ਇੱਕ ਕਾਪੀ ਪੰਚਾਇਤ ਸੈਕਟਰੀ ਨੂੰ, ਇੱਕ ਬਲਾਕ ਡਿਵੈਲਪਮੈਂਟ ਅਫਸਰ ਨੂੰ ਅਤੇ ਇੱਕ SDM ਨੂੰ। SDM ਨੂੰ ਤੁਸੀਂ ਉਹਦੀ ਕਾਪੀ ਦੇ ਕੇ ਨਾਲ ਮੰਗ ਪੱਤਰ ਵੀ ਦੇ ਸਕਦੇ ਹੋ ਇਸ ਤਰ੍ਹਾਂ ਦੇ ਲੈਟਰ ਪੈਡ 'ਤੇ ਕਿ ਇਹ ਜਿਹੜਾ ਸਾਡਾ ਮਤਾ ਹੈ ਇਹ ਪ੍ਰਧਾਨ ਮੰਤਰੀ ਤੱਕ ਜਾਂ ਰਾਸ਼ਟਰਪਤੀ ਤੱਕ ਪਹੁੰਚਾਇਆ ਜਾਵੇ। ਜਦੋਂ ਉਹਨਾਂ ਦੀ ਡਾਕ ਦੇ ਵਿੱਚ 14,000 ਦੇ ਲਗਭਗ ਤਾਂ ਪਹਿਲੇ ਪੰਜਾਬ 'ਚੋਂ ਪੰਚਾਇਤਾਂ ਦੇ ਜਿਹੜੇ ਗ੍ਰਾਮ ਸਭਾ ਦੇ ਮਤੇ ਗਏ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਲੱਗੂ ਕਿ ਅਸੀਂ ਪਤਾ ਨਹੀਂ ਕਿਹੜੀਆਂ ਐਨਕਾਂ ਲਾ ਕੇ ਇੱਕ ਬਿੱਲ ਪਾਸ ਕਰ ਬੈਠੇ ਜਿਹਦੇ 'ਚ ਲੋਕ ਆਪਣੀ ਕੁਰਸੀ ਨੂੰ ਸਿਰਫ ਪੰਜਾਬ ਜੋ ਪੰਜਾਬ ਸਰਕਾਰ ਚੱਲ ਰਹੀ ਸੀ ਉਦੋਂ ਵੀ ਨੀ ਪਤਾ ਸੀ। ਸੋ ਜੇ NDA 'ਚ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਸੀ, ਫਿਰ ਇਹ ਵਾਰ ਵਾਰ ਮੋਦੀ ਸਰਕਾਰ, ਸਾਡੀ ਸਰਕਾਰ, ਤੁਹਾਡੀ ਆਪਣੀ ਸਰਕਾਰ, ਜਾਂ ਫਿਰ 3 ਮਹੀਨੇ ਬਿੱਲਾਂ ਬਾਰੇ ਕਿ ਬਿੱਲ ਬਹੁਤ ਵਧੀਆ ਨੇ ਸਮਝਾਉਂਦੇ ਕਿ ਉਹ ਜਦੋਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਹੈ। ਨਿਊਜ਼ ਡੈਸਕ ਤੋਂ ਸ਼ਿਖਾ ਪੰਡਿਤ ਦੇ ਨਾਲ ਮੁਖਤਿਆਰ ਸਿੰਘ ਨੇ ਜਾਂ ਵੌਇਸ ਆਫ ਪੰਜਾਬ ਲੁਧਿਆਣਾ।